ਦੋਸਤੋ ਸਾਡੀ ਪੰਜਾਬੀਆਂ ਦੀ ਇੱਕ ਖਾਸੀਅਤ ਆ ਜਾਂ ਕਹਿ ਲਈਏ ਕਿ ਕਮਜ਼ੋਰੀ ਆ, ਅਸੀਂ ਕਿਸੇ ਨੂੰ ਵੀ ਇੱਕਦਮ ਸਿਰ 'ਤੇ ਵੀ ਬਿਠਾ ਲੈਂਦੇ ਹਾਂ ਅਤੇ ਉਸ ਨੂੰ ਇੱਕਦਮ ਪੈਰਾਂ ਦੇ ਵਿੱਚ ਵੀ ਡੇਗ ਦਿੰਦੇ ਹਾਂ। ਉਸ ਦੇ ਉੱਪਰ ਅਸੀਂ ਪੜਤਾਲ ਬਹੁਤ ਘੱਟ ਕਰਦੇ ਹਾਂ। ਅਸੀਂ ਇਹ ਕਹਿ ਲਈਏ ਕਿ ਸਾਡੇ ਪੰਜਾਬੀ ਵੀਰ ਬਹੁਤ ਜ਼ਿਆਦਾ ਇੱਕ ਦੂਜੇ ਦੇ ਮਗਰ ਲੱਗਦੇ ਆ। ਅਜਿਹਾ ਹੀ ਕੁਝ ਪਿਛਲੇ ਦਿਨੀ ਗੁਰਦਾਸ ਮਾਨ ਸਾਹਿਬ ਦੇ ਨਾਲ ਵੀ ਹੋਇਆ ਸੀ। ਆਪਾਂ ਜਾਣਦੇ ਹਾਂ ਕਿ ਮਾਨ ਸਾਹਿਬ ਦਾ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਦੇਣ ਆ ਉਹ ਆਪਾਂ ਕਦੇ ਭੁਲਾ ਨਹੀਂ ਸਕਦੇ। ਮਾਨ ਸਾਹਿਬ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਖੂਬ ਰੋਸ਼ਨ ਕੀਤਾ। ਸੋ ਇਹੀ ਕਾਰਨ ਆ ਕਿ ਮਾਨ ਸਾਹਿਬ ਦੇ ਜਿਹੜੇ ਗੀਤ ਆ ਉਹ ਲੋਕ ਗੀਤਾਂ ਦੇ ਵਾਂਗ ਅੱਜ ਵੀ ਸੁਣੇ ਜਾਂਦੇ ਆ। ਜਿੱਥੇ ਪੰਜਾਬੀ ਮਾਂ ਬੋਲੀ ਦੀ ਗੱਲ ਆਉਂਦੀ ਆ, ਪੰਜਾਬੀ ਮਾਂ ਬੋਲੀ ਦੇ ਇਸ ਹੀਰੇ ਪੁੱਤ ਦੀ ਗੱਲ ਜ਼ਰੂਰ ਕੀਤੀ ਜਾਂਦੀ ਆ। ਪਰ ਪਿਛਲੇ ਦਿਨ ਹੀ ਅਸੀਂ ਪੰਜਾਬੀ ਮਾਂ ਬੋਲੀ ਦੇ ਇਸ ਹੀਰੇ ਪੁੱਤ ਨੂੰ ਖੂਬ ਲਾਹਨਤਾਂ ਪਾਈਆਂ। ਕਾਰਨ ਇਹ ਸੀ ਕਿ ਗੁਰਦਾਸ ਮਾਨ ਸਾਹਿਬ ਨੇ ਪੰਜਾਬੀ ਮਾਂ ਬੋਲੀ ਬਾਰੇ ਕੁਝ ਸ਼ਬਦ ਕਹਿ ਦਿੱਤੇ, ਜਿਸ ਤੋਂ ਬਾਅਦ ਮਾਨ ਸਾਹਿਬ ਨੇ ਲਗਾਤਾਰ ਆਪਣੇ ਸ਼ਬਦਾਂ ਨੂੰ ਲੈ ਕੇ ਸਫਾਈ ਵੀ ਦਿੱਤੀ। ਪਰ ਆਪਾਂ ਪੰਜਾਬੀ ਮਾਨ ਸਾਹਿਬ ਨੂੰ ਮਾਫ਼ ਕਰਨ ਦੇ ਲਈ ਬਿਲਕੁਲ ਤਿਆਰ ਨਹੀਂ ਸੀ। ਪਰ ਹੁਣ ਮਾਨ ਸਾਹਿਬ ਨੇ ਆਪਣੀ ਉੱਚੀ ਸੋਚ ਦਾ ਪ੍ਰਗਟਾਵਾ ਆਪਣੇ ਬੇਟੇ ਗੁਰਿਕ ਮਾਨ ਦੇ ਵਿਆਹ 'ਤੇ ਕਰ ਦਿੱਤਾ ਕਿ ਉਹਨਾਂ ਦੀ ਸੋਚ ਕਿੰਨੀ ਉੱਚੀ ਆ। ਦਰਅਸਲ ਪੂਰੀ ਖਬਰ ਇਹ ਆ ਕਿ ਪਰਸੋਂ ਗੁਰਦਾਸ ਮਾਨ ਸਾਹਿਬ ਦੇ ਸਪੁੱਤਰ ਗੁਰਿਕ ਮਾਨ ਅਤੇ ਸਿਮਰਨ ਕੌਰ ਮੁੰਡੀ ਦੀ ਮੈਰਿਜ ਸੀ। ਦਰਅਸਲ ਮਾਨ ਸਾਹਿਬ ਨੇ ਆਪਣੇ ਬੇਟੇ ਦੀ ਮੈਰਿਜ ਚੰਡੀਗੜ੍ਹ ਦੇ ਵਿੱਚ ਰੱਖੀ ਅਤੇ ਮੈਰਿਜ ਦੇ ਉੱਪਰ ਵੱਡੇ ਅਤੇ ਰੱਜੇ ਹੋਏ ਲੋਕਾਂ ਨੂੰ ਬੁਲਾਉਣ ਦੀ ਬਜਾਏ ਉਹਨਾਂ ਨੇ ਗਿਣੇ ਚੁਣੇ ਆਪਣੇ ਯਾਰਾਂ ਦੋਸਤਾਂ ਨੂੰ ਬੁਲਾਇਆ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਸਭ ਤੋਂ ਨੇਕ ਕੰਮ ਕੀਤਾ, ਆਪਣੇ ਬੇਟੇ ਦੇ ਵਿਆਹ ਦੀਆਂ ਖੁਸ਼ੀਆਂ ਪ੍ਰਭ ਆਸਰਾ ਸੇਵਾ ਟਰੱਸਟ ਦੇ ਅਪਾਹਜ ਬੱਚੇ ਅਤੇ ਬਜ਼ੁਰਗਾਂ ਨਾਲ ਸਾਂਝੀਆਂ ਕੀਤੀਆਂ। ਪ੍ਰਭ ਆਸਰਾ ਟਰੱਸਟ ਦੇ ਬੱਚੇ ਅਤੇ ਬਜ਼ੁਰਗਾਂ ਦੇ ਨਾਲ ਪੂਰੀ ਮਾਨ ਫੈਮਿਲੀ ਨੇ ਇੱਕੋ ਟੇਬਲ ਦੇ ਉੱਪਰ ਬੈਠ ਕੇ ਖਾਣਾ ਖਾਧਾ। ਮਾਨ ਸਾਹਿਬ ਨੇ ਇਸ ਟਰੱਸਟ ਨੂੰ 11 ਲੱਖ ਰੁਪਏ ਦਾਨ ਦੇ ਰੂਪ ਦੇ ਵਿੱਚ ਦਿੱਤੇ। ਮਾਨ ਸਾਹਿਬ ਦੀ ਉੱਚੀ ਸੋਚ ਨੂੰ ਅਸੀਂ ਇੱਥੇ ਸਲਿਊਟ ਜ਼ਰੂਰ ਕਰਦੇ ਹਾਂ। ਜਿੱਥੇ ਜ਼ਿਆਦਾਤਰ ਵੱਡੇ ਲੋਕ ਅਜਿਹੇ ਫੰਕਸ਼ਨਾਂ ਦੇ ਉੱਪਰ ਵਿਖਾਵਾ ਕਰਦੇ ਆ, ਵੱਡੇ ਖਾਨਦਾਨੀ ਪੈਸਾ ਅਤੇ ਰੁਤਬੇ ਵਾਲੇ ਲੋਕਾਂ ਨੂੰ ਬੁਲਾਉਂਦੇ ਆ, ਉੱਥੇ ਮਾਨ ਸਾਹਿਬ ਨੇ ਸਾਬਤ ਕਰ ਦਿੱਤਾ ਕਿ ਮਾਨ ਸਾਹਿਬ ਦੀ ਸੋਚ ਵਾਕਿਆ ਕਾਬਲੇ ਤਾਰੀਫ ਆ। ਮਾਨ ਸਾਹਿਬ ਨੇ ਆਪਣੇ ਹੱਥੀਂ ਇਸ ਮੌਕੇ 'ਤੇ ਅਪਾਹਜ ਬੱਚੇ ਅਤੇ ਬਜ਼ੁਰਗਾਂ ਦੀ ਸੇਵਾ ਕਰਕੇ ਸਭ ਦਾ ਦਿਲ ਜਿੱਤ ਲਿਆ। ਦੋਸਤੋ ਪਿੱਛੇ ਜੋ ਵੀ ਹੋ ਗਿਆ ਉਸ ਨੂੰ ਭੁੱਲ ਕੇ ਫਿਰ ਤੋਂ ਇਸ ਹੀਰੇ ਨੂੰ ਇੱਜ਼ਤ ਦੇਣੀ ਚਾਹੀਦੀ ਆ। ਜਿਹੜੇ ਲੋਕ ਅੱਜ ਵੀ ਮਾਨ ਸਾਹਿਬ ਨੂੰ ਗਲਤ ਆਖਦੇ ਆ ਉਹ ਜ਼ਰੂਰ ਇਸ ਗੱਲ 'ਤੇ ਗੌਰ ਕਰਨ। ਮਾਨ ਸਾਹਿਬ ਦੇ ਲਈ ਦੱਬ ਕੇ ਲਾਈਕ ਸ਼ੇਅਰ ਅਤੇ ਕਮੈਂਟ ਕਰੋ ਤਾਂ ਕਿ ਲੋਕ ਮਾਨ ਸਾਹਿਬ ਦੀ ਸੋਚ ਨੂੰ ਸਲਿਊਟ ਕਰਨ ਅਤੇ ਪੰਜਾਬੀ ਮਾਂ ਬੋਲੀ ਦੇ ਇਸ ਹੀਰੇ ਨੂੰ ਪਹਿਚਾਣ ਸਕਣ। ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ ਸੋ ਮੱਚ।